ਮੇਰੇ ਸਟੈਪ ਫਾਦਰ ਸੀਗੇ ਜਿਨ੍ਹਾਂ ਦਾ ਸ਼ੁਰੂ ਤੋਂ ਹੀ ਮੇਰੇ ਨਾਲ ਬਿਹੇਵੀਅਰ ਵਧੀਆ ਨਹੀਂ ਸੀਗਾ। ਉਹ ਸ਼ੁਰੂ ਤੋਂ ਹੀ ਮੇਰੇ ਨਾਲ ਚੰਗੀ ਤਰ੍ਹਾਂ ਨਹੀਂ ਬਿਹੇਵ ਕਰਦੇ ਸੀਗੇ ਅਤੇ ਉਹਨਾਂ ਨੇ 4 ਸਾਲ ਪਹਿਲਾਂ ਤੋਂ ਹੀ ਮੇਰੇ ਨਾਲ ਇਹ ਸਟਾਰਟ ਕੀਤਾ ਸੀ। ਮੇਰੇ ਨਾਲ ਬਹੁਤ ਜ਼ਿਆਦਾ ਜ਼ਬਰਦਸਤੀ ਕਰਦੇ ਸੀ। ਜਦੋਂ ਮੇਰੀ ਮੰਮੀ ਘਰ ਨਹੀਂ ਸੀ ਹੁੰਦੀ ਉਦੋਂ ਹੀ ਮੈਨੂੰ ਇਕੱਲੀ ਫੇਂਕ ਕੇ ਮੇਰੇ ਨਾਲ ਜ਼ਬਰਦਸਤੀ ਕਰਦੇ ਸੀਗੇ। ਅਤੇ ਮੈਂ ਇਸ ਬਾਰੇ ਪਹਿਲਾਂ ਇਸ ਲਈ ਨਹੀਂ ਸੀ ਦੱਸਿਆ ਕਿਉਂਕਿ ਮੈਂ ਡਰਦੀ ਸੀ। ਉਹ ਮੈਨੂੰ ਧਮਕਾਉਂਦਾ ਸੀਗਾ ਕਿ ਅਗਰ ਤੂੰ ਕਿਸੇ ਨੂੰ ਵੀ ਦੱਸਿਆ ਤਾਂ ਫਿਰ ਮੈਂ ਤੈਨੂੰ ਵੀ ਮਾਰ ਦੂੰਗਾ, ਤੇਰੇ ਘਰਦਿਆਂ ਨੂੰ ਵੀ ਮਾਰ ਦੂੰਗਾ। ਇਸ ਕਰਕੇ ਮੈਂ ਕਿਸੇ ਨੂੰ ਵੀ ਨਹੀਂ ਦੱਸਿਆ। ਔਰ ਨਾਲੇ ਮੈਂ ਉਦੋਂ ਛੋਟੀ ਸੀਗੀ, ਮੈਨੂੰ ਇੰਨੀ ਸਮਝ ਵੀ ਨਹੀਂ ਸੀਗੀ। ਅਤੇ 4 ਸਾਲਾਂ ਬਾਅਦ ਫਿਰ TV 'ਤੇ ਜਿਵੇਂ ਆਪਾਂ ਵੇਖਦੇ ਹਾਂ ਉਵੇਂ ਮੈਂ ਵੀ ਇਸ ਇੱਕ ਸਟੈਪ ਚੁੱਕਿਆ ਅਤੇ ਮੈਂ ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ।